ਮੌਜੂਦਗੀ ਦੀ ਅਤੇ ਦੂਸਰੇ ਪਾਸੇ ਕੰਡਿਆਲ ਟੀਮ ਹੈ ਆ ਖਿਡਾਰੀ ਕਹਿੰਦੇ ਭਿੰਡਰ ਪਿੰਡ ਬੜਾ ਮਸ਼ਹੂਰ ਪਿੰਡ ਹੈ ਖੇਡ ਕਬੱਡੀ ਦੀ ਦੁਨੀਆ ਦੇ ਵਿੱਚ ਜਿਸ ਨਗਰ ਨੇ ਸਭ ਦੇ ਨਾਲ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀਆਂ ਨੂੰ ਜਨਮ ਦਿੱਤਾ ਭਿੰਡਰ ਕਲਾ ਕਿਸ਼ਨਪੁਰ ਆਇੰਦਗੜ੍ਹ ਮਸ਼ਹੂਰ ਪਿੰਡ ਮੰਨੇ ਜਾਂਦੇ ਹੈ ਧਰਮਕੋਟ ਦਾ ਏਰੀਆ ਉਸੇ ਏਰੀਏ ਦਾ ਭਿੰਡਰ ਪਿੰਡ ਦਾ ਨੌਜਵਾਨ ਜੋਤ ਆਪਣੀ ਟੀਮ ਦੇ ਲਈ ਪਹਿਲਾ ਡੇਢ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਮਹਿਰੋਂ ਦੀ ਧੀ ਦਾ ਨੌਜਵਾਨ ਜੀਤਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਉਹ ਬੱਲੀ ਭੱਜ ਤੁਰਿਆ ਜਿੱਤੇ ਮਾੜ ਨਾ ਪੰਗਾ ਆ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾਂ ਬਹਿ ਜਾ ਗੋੜੀ ਲਾ ਕੇ ਇਹ ਕਹਿੰਦੇ ਨੌਜਵਾਨ ਗੁਰਜੀਤ ਸਿੰਘ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਪੁਆਇੰਟ ਗੁਰਜੀਤ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਅਗਲੇ ਮੈਚ ਦੀਆਂ ਟੀਮਾਂ ਸਨੇਹ ਤੇ ਸ਼ੋਸ਼ਕ ਸ਼ਿਕਾਰ ਮਾਰੀਆਂ ਤੇ ਵਕੀਲਾਂ ਵਾਲੇ ਪੱਲੇ ਵਾਲਾ ਤੇ ਘੱਲ ਕਲਾ ਇਹ ਵੀ ਟੀਮਾਂ ਦੇ ਪਲੇਅਰ ਜਲਦੀ ਨਾਲ ਗਰਾਊਂਡ 'ਚ ਪੁੱਜ ਜਾਣ ਕੋਟ ਕਰੋੜ ਤੇ ਪੱਟੀ ਜੋਗੇ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾ ਇਹ ਵੀ ਟੀਮਾਂ ਪੁੱਜ ਜਾਣ ਹਾਂਜੀ ਆ ਬਈ ਸਪੋਰਟਸ ਕਲੱਬ ਦੇ ਅਹੁਦੇਦਾਰੋ ਸਾਹਿਬ ਨੋਟ ਕਰੋ ਕਿ ਬਾਈ ਜੀ ਦਾ ਫੋਨ ਆਇਆ ਉਹ ਕਹਿੰਦੇ ਮੈਂ ਥੋੜ੍ਹਾ ਜਿਹਾ ਉਹਨੂੰ ਰੋਕ ਲਿਆ ਤੇ 4 ਵਜੇ ਦੇ ਅੰਦਾਜ਼ੇ ਉਹ ਆਉਣਗੇ ਮਲੂਕਾ ਸਾਹਿਬ 4 ਵਜੇ ਆਉਣਗੇ ਨਾਲੇ ਆਪਣਾ ਸੈਕਿੰਡ ਰੋਡ ਚੱਲ ਪੂਗਾ ਉਹ ਕਹਿੰਦਾ ਵਧੀਆ ਮਤਲਬ ਨਾਮੀ ਆਪਾਂ ਉਹਨਾਂ ਨੂੰ ਜਿਹੜਾ ਮੈਚ ਵਿਖਾਉਣਾ ਹੈ ਮੈਂ ਕਿਹਾ ਠੀਕ ਆ ਮੈਂ ਤੁਹਾਨੂੰ ਦੱਸ ਦਿੱਤਾ ਕਿ 4 ਵਜੇ ਉਹ ਆ ਰਹੇ ਆ ਸਾਡੇ ਦਰਮਿਆਨ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ ਔਰ ਪੰਜਾਬ ਦੀ ਸਰਕਾਰ ਦੇ ਵਿੱਚ ਕੈਬਨਿਟ ਮਿਨਿਸਟਰ ਨੇ ਸਿੱਖਿਆ ਮੰਤਰੀ ਨੇ ਸਰਦਾਰ ਸ਼ਕੰਦਰ ਸਿੰਘ ਜੀ ਮਲੂਕਾ ਉਹ ਵੀ ਸਾਡੇ ਦਰਮਿਆਨ 4 ਵਜੇ ਦੇ ਕਰੀਬ ਪਹੁੰਚ ਜਾਣਗੇ ਇਹ ਤੇ ਕਹਿੰਦੇ ਜੀਤੇ ਦੀ ਪਾਈ ਹੋਈ ਕਬੱਡੀ ਮੇਰੇ ਵੀਰੋ ਕੇ ਮੈਦਾਨ ਦੇ ਵਿੱਚ 4 ਜਾਫੀ ਲਓ ਵੇਖਣ ਵੀ ਸਾਹਮਣੇ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਬਟ ਇਕੱਠ ਦੇ ਵਿੱਚ ਤਕੜਾ ਮੈਚ ਖੇਡਿਆ ਜਾ ਰਿਹਾ ਹੈ ਉਧਰ ਬੁੱਟਾ ਕੋਚ ਮਨਜ਼ੂਰ ਵਾਲਾ ਇਸ਼ਾਰਾ ਕਰਦਾ ਹੋਇਆ ਵੀ ਇਹ ਪੁਆਇੰਟ ਜਿਹੜਾ ਇਸ ਲਈ ਜਾਫੀ ਦੇ ਹਿੱਸੇ ਐਡਜਸਟ ਹੁੰਦਾ ਆ ਸ਼ੋਸ਼ਕ ਤੇ ਸਨੇਹ ਦੀਆਂ ਟੀਮਾਂ ਵੀ ਜਲਦੀ ਨਾਲ ਇੱਕ ਮੈਦਾਨ ਦੇ ਵਿੱਚ ਪੁੱਜਣ ਇੱਧਰ ਨੌਜਵਾਨ ਗੁਰਜੀਤ ਸਿੰਘ ਮੇਰੀ ਜੋ ਕਬੱਡੀ ਪਾਉਂਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਕਿ ਵੀ ਕੇ ਦੁੱਧ ਤੋਂ ਬਣਾਈਆਂ ਜਾਰੋ ਚੱਟ ਦੇ ਖੇਡ ਖੇਡ ਕੇ ਕਬੱਡੀ ਬਾਬਾ ਖੱਟੇ ਸਾਡੀ ਕੌਮ ਦਾ ਇਹ ਸਰਮਾਇਆ ਤੇ ਪੰਜਾਬ ਦੀ ਇਸ਼ਾ ਮਿੱਤਰੋ ਇਹਨਾਂ ਹੀਰਿਆਂ ਤੇ ਰੰਗਲੇ ਪੰਜਾਬ ਨੂੰ ਸਦਾ ਹੀ ਰੂਹਾਂ ਮਿੱਤਰੋ ਬਾਈ ਮਾਣ ਹੈ ਇਹਨਾਂ ਕਬੱਡੀ ਖਿਡਾਰੀਆਂ ਦੇ ਅੱਜ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਮਈਆਂ ਵਾਲੇ ਦੇ ਇਸ ਵੱਡੇ ਕੱਪ ਦੇ ਉੱਪਰ ਪੁੱਜੇ ਹੋਏ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾਲਾ ਗੇਰ ਤੋਂ ਗੱਡੀ ਦਾ ਵਿੱਚ ਮਈਆਂ ਵਾਲੇ ਦੇ ਲੱਗਿਆ ਮੇਲਾ ਖੇਡ ਕਬੱਡੀ ਦਾ ਲੱਗਿਆ ਹੋਇਆ ਮੇਲਾ ਗੱਡੀਆਂ ਭੱਜੀਆਂ ਆ ਰਹੀਆਂ ਨੇ ਵੱਡਾ ਇਕੱਠ ਹੈ ਸ਼ੋਸ਼ਕ ਦੀ ਟੀਮ ਨੂੰ ਮੇਰੀ ਅੱਧੇ ਮਿੰਟ ਦਾ ਸਮਾਂ ਪ੍ਰਬੰਧਕੀ ਕਮੇਟੀ ਉਸ ਤੋਂ ਅਗਲਾ ਮੈਚ ਸ਼ਿਕਾਰ ਮਾਰੀਆਂ ਤੇ ਵਕੀਲਾਂ ਵਾਲਾ ਤੁਲਸੀਦਾਸ ਕਲੱਬ ਔਲੇ ਵਾਲਾ ਤੇ ਘੱਲ ਕਲਾਂ ਕੋਟ ਕੋਟ ਤੇ ਪੱਟੀ ਸਾਰੀਆਂ ਟੀਮਾਂ ਨੂੰ ਬੇਨਤੀ ਆ ਵੀ ਜਲਦੀ ਨਾਟਾਂ ਜਿਹੜੀਆਂ ਖਿਮਦਾਨ ਦੇ ਵਿੱਚ ਪੁੱਜਣ ਕੋਟ ਕਰੋੜ ਤੇ ਪੱਟੀ ਜੋਗੇ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਪੜਾਣਾ ਇਹ ਡਰੋਲੀ ਭਾਈ ਵਕੀਲਾਂ ਵਾਲਾ ਤੇ ਧੂਰਕੁੱਟ ਜੇ ਤਾਂ ਸ਼ੁਸ਼ਕ ਦੀ ਟੀਮ ਦੇ ਪਲੇਅਰ ਆ ਗਿਆ ਤਾਂ ਲੱਖੇ ਵੀ ਨਾਲ ਸੰਪਰਕ ਕਰ ਲੈਣ ਨਹੀਂ ਉਹਨਾਂ ਦੀ ਟੀਮ ਅਸੀਂ ਸ਼ਿਕਾਇਤ ਕਰ ਲੱਗੇ ਆ ਜੇਕਰ ਸ਼ੁਸ਼ਕ ਦੀ ਟੀਮ ਦੇ ਪਲੇਅਰ ਰਹਿ ਗਏ ਆ ਤਾਂ ਉਹ ਲੱਖੇ ਵੀ ਨਾਲ ਸੰਪਰਕ ਕਰ ਲੈਣ ਸ਼ਿਕਾਰ ਮਾਸ਼ੀਆਂ ਵਕੀਲਾਂ ਵਾਲਾ ਦੌਲੇ ਵਾਲਾ ਤੇ ਘੱਲ ਕਲਾਂ ਕੋਟ ਰੋਡ ਤੇ ਪੱਟੀ ਜੋਗੇ ਵਾਲਾ ਤੇ ਆਜ਼ਾਦ ਕਬੱਡੀ ਕਲੱਬ ਘੱਲ ਕਲਾਂ ਪੜਾਣਾ ਇਹ ਤੇ ਡਰੋਲੀ ਭਾਈ ਵਕੀਲਾਂ ਵਾਲਾ ਤੇ ਧੂਰਕੁੱਟ ਇਹ ਵੀ ਟੀਮਾਂ ਦੇ ਪਲੇਅਰ ਤਿਆਰ ਰਹਿਣ ਉਧਰ ਗੁਰਜੰਤ ਸਿੰਘ ਜੀ ਗੋਗੀ ਬੜੀ ਮਾਣ ਪੁੱਜਦੇ ਕਰਦੇ ਨਾ ਬੁੱਲਾ ਤੋਂ ਖੁਸ਼ ਹੋ ਕੇ ਬਹੁਤ ਬਹੁਤ ਧੰਨਵਾਦ ਸਾਡੇ ਪ੍ਰਬੰਧਕਾਂ ਦੇ ਵਿੱਚ ਇੱਕ ਹੈ ਇੱਧਰ ਕਹਿੰਦੇ ਨੌਜਵਾਨ ਜੀਤੇ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਉਧਰ ਜਾਫੀ ਦੀ ਪੂਰੀ ਕੋਸ਼ਿਸ਼ ਹੈ ਮਾਸ਼ੀ ਬੁਗਰੇ ਦਾ ਕਹਿੰਦੇ ਕਬੱਡੀ ਟੂਰਨਾਮੈਂਟ ਬੜਾ ਮਸ਼ਹੂਰ ਟੂਰਨਾਮੈਂਟ ਹੈ ਇਸ ਇਲਾਕੇ ਦਾ ਜਿਵੇਂ ਮਈਆਂ ਵਾਲੀ ਦਾ ਖੇਡ ਮੇਲਾ ਮਸ਼ਹੂਰ ਹੈ ਉਸੇ ਤਰ੍ਹਾਂ ਕਹਿੰਦੇ ਮਾਸ਼ੀ ਬੁਗਰੇ ਦਾ ਟੂਰਨਾਮੈਂਟ ਵੀ ਇਸ ਇਲਾਕੇ ਦਾ ਮੰਨਿਆ ਪ੍ਰਮੰਨਿਆ ਖੇਡ ਮੇਲਾ ਹੈ ਕਬੱਡੀ ਓਪਨ ਦੇ ਵਿੱਚ ਕਹਿੰਦੇ 3 ਪਲੇਅਰ ਬਾਹਰ ਖੇਡਣਗੇ 10 ਸਟੇਟ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ 81,000 ਤੇ 61,000 ਦੇ ਪ੍ਰਾਈਜ਼ ਦਿੱਤੇ ਜਾਣਗੇ 20 ਮਾਰਚ ਮਾਸ਼ੀ ਬੁਗਰੇ ਦੀ ਕਬੱਡੀ ਕੱਪਦੀ ਹੈ ਇੱਧਰ ਗੁਰਜੀਤ ਸਿੰਘ ਪੁਆਇੰਟ ਆਪਣੀ ਟੀਮ ਦੇ ਸੇ ਐਡਜਸਟ ਕਰਦਾ ਮੇਰੀ ਵੀ ਸ਼ੋਸ਼ ਦੀ ਟੀਮ ਨੂੰ ਫਿਰ ਤੋਂ ਬੇਨਤੀ ਹੈ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲਾ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲਾ ਦੌਲੇ ਵਾਲਾ ਤੇ ਘੱਲ ਕਲਾਂ ਸ਼ੋਸ਼ ਦੀ ਟੀਮ ਨਹੀਂ ਪੁੱਜ ਰਹੀ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲੇ ਦਾ ਮੈਚ ਹੋਣਾ ਹੈ
ਇਹ ਵੀ ਟੀਮਾਂ ਤਿਆਰ ਰਹਿਣ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲਾ ਦੌਲੇ ਵਾਲਾ ਤੇ ਘੱਲ ਕਲਾਂ ਕੋਟ ਕਰੋੜ ਤੇ ਪੱਟੀ ਜੋਗੇ ਵਾਲ ਤੇ ਆਜ਼ਾਦ ਕਬੱਡੀ ਕਲੱਬ ਦੀਆਂ ਟੀਮਾਂ ਵੀ ਤਿਆਰ ਰਹਿਣਗੀਆਂ ਕਿ ਕੁਝ ਪਟਣੀ ਤੇ ਬੜੀ ਔਖੀ ਲਾਉਣੀ ਹੈ ਕਬੱਡੀ ਵਿੱਚ ਢਾਕ ਮਿੱਤਰੂ ਦਾ ਮਿਹਨਤ ਨਾਲ ਸਭ ਲੱਗ ਰਹੀ ਆਪੇ ਖੁਰਾ ਮਿੱਤਰੂ ਲਓ ਪੰਡਿਆਲ ਦੀ ਧਰਤੀ ਦਾ ਔਜਣ ਬਹੁਤ ਤਕੜਾ ਜੱਫਾ ਲੱਗ ਕੇ ਆਪਣੀ ਟੀਮ ਦੇ ਹਿੱਸੇ ਲੱਖਾਂ ਜਾਂ ਪੁਆਇੰਟ ਜੋੜਦਾ ਆ ਯਾਰ ਬੱਕਰਾ ਵੱਡਾ ਕੱਟ ਖਿਡਾਰੀ ਵੀ ਕਹਿੰਦੇ ਜਿੰਨਾ ਕਾਠੀ ਹੋਵੇ ਖਿਡਾਰੀ ਵੀ ਜ਼ੋਰ ਦੇ ਨਾਲ ਖੇਡਦਾ ਕਿਉਂਕਿ ਖਿਡਾਰੀ ਸੋਚਦਾ ਵੀ ਮੈਨੂੰ ਦੇਖਣ ਵਾਲੇ ਰੱਬ ਵਰਗੇ ਦਰਸ਼ਕ ਵੀ ਵੱਡੀ ਤਾਦਾਦ ਦੇ ਵਿੱਚ ਪੁੱਜੇ ਆ ਇੱਧਰ ਵੇਖੋ ਕਿ ਨੌਜਨ ਜੁੱਧ ਭੇਂਡਰਾ ਵਾਲ ਕਬੱਡੀ ਪਾ ਰਿਹਾ ਉੱਧਰ ਪੰਜਾਬ ਲਾਈਵ .com ਤੇ ਸਾਡੇ ਵੀਰ ਡਰੋਲੀ ਭਾਈ ਵਾਲੇ ਲਾਈਵ ਕਰਦੇ ਹੋਏ ਅੱਜ ਦੇ ਇਸ ਖੇਡ ਟੂਰਨਾਮੈਂਟ ਨੂੰ ਉੱਧਰ ਲੱਗਦਾ ਹੋਇਆ ਜੱਫਾ ਹੈ ਨੌਜਨ ਗੁਰਮੁਖ ਸਿੰਘ ਸੋਢੀ ਵਾਲ ਦਾ ਫੈਸਲਾ ਕਰਦਾ ਹੋਇਆ ਵੀ ਇਹ ਪੁਆਜਾ ਫੀਦਾ ਉਧਰ ਬੂਟਾ ਉਮੀ ਆ ਜੀ ਗੁਰਚਰਨ ਸਿੰਘ ਜੀ ਰਿੰਪੀ ਬਰਾੜ ਜੀ ਦਿਲਬਾਗ ਜੀ ਮਨਦੀਪ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਬੱਡੀ ਦੇ ਬਾਰੇ ਦਾ ਮੇਰੇ ਵੀਰੋ ਨੌਜਨ ਜੀਤਾ ਮਹਿਰੂ ਵਾਲਾ ਕਬੱਡੀ ਪਾ ਰਿਹਾ ਚਾਰ ਜਾਫੀਆਂ ਦੇ ਵਿੱਚ ਕਹਿੰਦੇ ਹੈਪੀ ਹੈ ਹੁਣ ਵੇਖਦਾ ਵੀ ਹੈਪੀ ਜਫਾ ਲਾਉਂਦਾ ਲਾ ਹੋ ਗਿਆ ਮੁਕਾਬਲਾ ਨੌਜਨ ਜਾਫੀ ਦੇ ਨਾਲ ਲੱਗਿਆ ਹੋਇਆ ਜੋ ਦੋਨੋਂ ਗੱਭਰੂਆਂ ਦਾ ਕਿ ਰੇਡ ਪੈਨ ਦੇ ਨਾਲ ਦਲੇਰੀ ਟੱਚ ਕਰ ਰਹੀ ਹੈ ਔਖੀ ਜਾਫੀਆਂ ਦੀ ਘੇਰੀ ਆਨ ਹੰਧਿਆ ਉੱਤੇ ਪਰਤੇ ਥਾਪੀ ਲਾਉਣੀ ਪੈਂਦੀ ਹੈ ਦੁਨੀਆ ਐਵੇਂ ਨਹੀਂ ਆਉਂਦੀ ਖੇਡ ਦਿਖਾਉਣੀ ਪੈਂਦੀ ਹੈ ਦੁਨੀਆ ਐਵੇਂ ਨਹੀਂ ਮੰਨਦੀ ਖੇਡ ਦਿਖਾਉਣੀ ਪੈਂਦੀ ਹੈ ਸ਼ਾਦੀ ਸਾਡੇ ਦਰਮਿਆਨ ਹਰਦੇਵ ਸਿੰਘ ਗੋਪਾਰਾਏ ਡੀਐਸਪੀ ਸਾਹਿਬ ਜੀਰਾ ਉਹ ਵੀ ਪਹੁੰਚਿਆ ਅਸੀਂ ਉਹਨਾਂ ਦਾ ਇੱਥੇ ਪਹੁੰਚੜੇ ਜੀ ਆਇਆਂ ਕਹਿੰਦੇ ਆ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਸਮਾਂ ਕੱਢ ਕੇ ਸਾਡੇ ਇੱਥੇ ਪਧਾਰੇ ਆ ਹਰਦੇਵ ਸਿੰਘ ਗੋਪਾਰਾਏ ਡੀਐਸਪੀ ਸਾਹਿਬ ਜੀਰਾ ਕੰਡਿਆਲ ਦੀ ਟੀਮ ਜੇਤੂ ਹੈ ਬੂਟਾ ਉਮਰੀਆਣਾ ਜੀ ਅਗਲੀਆਂ ਸਵਾਮਾਂ ਦੇ ਲਈ ਹਾਜ਼ਰ ਹੋਣਗੇ ਸ਼ਿਕਾਰ ਮਾਸ਼ੀਆਂ ਤੇ ਵਕੀਲਾਂ ਵਾਲੇ ਦੀਆਂ ਟੀਮਾਂ ਦੇ ਦੌਰਾਨ ਅਗਲਾ ਮੈਚ ਖੇਡਿਆ ਜਾਣਾ ਇੱਧਰ ਗੱਜਣਬਾਜ਼ੀ ਨੇ ਗਰਾਊਂਡ ਦੇ ਚੱਕਰ ਲਾਏ ਹੈ ਇਹ ਵੀ ਜ਼ਰੂਰ ਮਾਨ ਸਨਮਾਨ ਕਰਨਾ ਅਗਲੇ ਮੈਚਾਂ ਦੀਆਂ ਟੀਮਾਂ ਵੀ ਖੇਡ ਮੈਦਾਨ ਦੇ ਵਿੱਚ ਪੁੱਜਣ ਬੂਟਾ ਹਰਿਆਣਾ ਸਾਡਾ ਵੀਰ ਅਗਲੀ ਗੱਲ ਕਰਦਾ ਹੋਇਆ ਆਓ ਬਈ ਸ਼ਿਕਾਰ ਮਾਸ਼ੀਆਂ ਦੀ ਟੀਮ ਆ ਜਿਹੜੀ ਗਰਾਊਂਡ 'ਚ ਪਹੁੰਚੇ ਵਕੀਲਾਂ ਵਾਲਾ ਤੇ ਸ਼ਿਕਾਰ ਮਾਸ਼ੀਆਂ ਹੈਲੋ ਗਿਆਨ ਤਿਆਰ ਨੇ ਕਿ ਸਰਮਨਾ ਜਾਣਾ ਅੱਜ ਜਿਹੜਾ ਹੁਣ ਮੈਚ ਹੋ ਕੇ ਹਟਿਆ ਸੀ ਇਹਨਾਂ ਚੋਂ ਕੰਡਿਆਲ ਜੇਤੂ ਨੋਟ ਕਰ ਲਓ ਜੀ ਗਿਆਨ ਤਿਆਰ ਨੇ ਕਿ ਸਰਮਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ ਅਪਾਰ ਕਿਰਪਾ ਹੈ ਭਗਤ ਬਾਬਾ ਦੋਨੀ ਚੱਲੀ ਖੇਡ ਸਟੇਡੀਅਮ ਦੇ ਲੱਗੀਆਂ ਹੋਈਆਂ ਰੌਣਕ ਹੈ ਵਕੀਲਾਂ ਵਾਲਾ ਤੇ ਸ਼ਿਕਾਰ ਮਾਸ਼ੀਆਂ ਦੀਆਂ ਜਿਹੜੀਆਂ ਟੀਮਾਂ ਖੇਡ ਮੈਦਾਨ ਦੇ ਵਿੱਚ ਪੁੱਜ ਜਾਣ ਇੱਕ ਜ਼ਿਲ੍ਹੇ ਗੁਰਦਾਸਪੁਰ ਦੀ ਟੀਮ ਹੈ ਇੱਕ ਮੇਜ਼ਬਾਨ ਜ਼ਿਲ੍ਹੇ ਦੀ ਟੀਮ ਹੈ ਧਾਰੋਵਾਲ ਦੇ ਲਾਗੇ ਵਸਿਆ ਹੋਇਆ ਪਿੰਡ ਸ਼ਿਕਾਰ ਮਾਸ਼ੀਆਂ ਤੇ ਗਵਾਂਢੀ ਪਿੰਡ ਵਕੀਲਾਂ ਵਾਲਾ ਦੋਵੇਂ ਜਿਹੜੀਆਂ ਟੀਮਾਂ ਖੇਡ ਮੈਦਾਨ ਵਿੱਚ ਪੁੱਜ ਜਾਣ ਦੌਲੇ ਵਾਲੇ ਦੀ ਟੀਮ ਜਿਹੜੀ ਇੱਕ ਕਿਰਪਾ ਕਰਕੇ ਸਾਈਡ ਤੇ ਹੋ ਕੇ ਬੈਠ ਜਾਵੇ ਕੱਲ੍ਹ ਕਲਾਂ ਇਹਦੇ ਨਾਲ ਮੁਕਾਬਲਾ ਹੋਣਾ ਹੈ ਇੰਤਜ਼ਾਰ ਹੈ ਸ਼ਿਕਾਰ ਮਾਸ਼ੀਆਂ ਤੇ ਵਕੀਲ ਵਾਲੇ ਦੀ ਟੀਮ ਦਾ ਬਹੁਤ ਮਿਹਰਬਾਨੀ ਹੈ ਲਖਵੀਰ ਵਕੀਲਾਂ ਵਾਲਾ ਤੇ ਸ਼ਿਕਾਰ ਮਾਸ਼ੀਆਂ ਦੀ ਟੀਮ ਹਾਲੇ ਤੱਕ ਗਰਾਊਂਡ ਦੇ ਵੱਲ ਸ਼ਿਕਾਰ ਮਾਸ਼ੀਆਂ ਪੁੱਜ ਗਈ ਹੈ ਇੰਤਜ਼ਾਰ ਹੈ ਵਕੀਲਾਂ ਵਾਲੀ ਦੀ ਟੀਮ ਦਾ ਜਲਦੀ ਨਾਲ ਵੀਰ ਗਰਾਊਂਡ ਦੇ ਵਿੱਚ ਪੁੱਜ ਜਾਣ ਜਿੰਨੇ ਵੀ ਸਤਿਕਾਰਯੋਗ ਵੀਰ ਅੱਜ ਇਸ ਭਗਤ ਬਾਬਾ ਦੁਨੀ ਚੰਦ ਜੀ ਖੇਡ ਸਟੇਡੀਅਮ ਦੇ ਵਿੱਚ ਪੁੱਜੇ ਹੈ ਸਮੁੱਚੇ ਸਪੋਰਟਸ ਕਬੱਡੀ ਕਲੱਬ ਦੇ ਵੱਲੋਂ ਜੀ ਆਇਆਂ ਆਖਿਆ ਜਾਂਦਾ ਹੈ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਨਾਲ ਅਸੀਂ ਧੰਨਵਾਦ ਕਰਦੇ ਹਾਂ ਵਕੀਲਾਂ ਵਾਲੀ ਦੀ ਟੀਮ ਆ ਜਲਦੀ ਨਾਲ ਗਰਾਊਂਡ ਵਿੱਚ ਪੁੱਜ ਜਾਵੇ ਕਿਉਂਕਿ ਉਧਰ ਨੇ ਸਰਦਾਰ ਜਗਰੂਪ ਸਟੋਰੀ ਉਹਨਾਂ ਕੋਲ ਵੀ ਮੈਚ ਹੈ ਜਿਹੜੇ ਬਾਕੀ ਗਰਾਊਂਡ ਦੇ ਫੈਸਲੇ ਹੈ ਉਹਨਾਂ ਨੇ ਲੈਣੇ ਹੈ ਵਕੀਲਾਂ ਵਾਲਾ ਜਲਦੀ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ ਨਾਲ ਮੇਰੀ ਬੇਨਤੀ ਹੈ ਵਕੀਲਾਂ ਵਾਲੀ ਟੀਮ ਦਾ ਸਾਨੂੰ ਇਸ਼ਾਰਾ ਆ ਰਿਹਾ ਵੀ ਹੈ ਨਹੀਂ ਗੀ ਪਰ ਫਿਰ ਵੀ ਅਸੀਂ ਉਹਨਾਂ ਨੂੰ ਇੱਕ ਮਿੰਟ ਦਾ ਟਾਈਮ ਦਿੰਦੇ ਹਾਂ ਇੱਕ ਮਿੰਟ ਦੇ ਵਿੱਚ ਪਹੁੰਚ ਜਾਣ ਅਤੇ ਨਹੀਂ ਤਾਂ ਇਹਨਾਂ ਨੂੰ ਇਸ ਤੋਂ ਅੱਗੇ ਦੁੱਲੇ ਵਾਲਾ ਅਤੇ ਘੱਲ ਕਲਾਂ ਦੁੱਲੇ ਵਾਲੀ ਦੀ ਟੀਮ ਬਾਕਸ ਦੇ ਵਿੱਚ ਖੜੀ ਆ ਅਤੇ ਘੱਲ ਕਲਾਂ ਨਹੀਂ ਪਹੁੰਚੇਗੀ ਇਸ ਕਰਕੇ ਫਟਾਫਟ ਘੱਲ ਕਲਾਂ ਵੀ ਪਹੁੰਚੇ ਜਲਦੀ ਨਾਲ ਜਿਹੜੀ ਟੀਮ ਹੈ ਘੱਲ ਕਲਾਂ ਇਹਦੀ ਪੁੱਜ ਜਾਵੇ ਗਰਾਊਂਡ ਵਿੱਚ
मुबारकबाद है महाराज मेरे वीर जिस नौजवान ने मल विच बहुत तकड़ी कबड्डी खेडी है वह भी वीर मुबारकबाद है समूचे पिंड नूं भी बहुत तकड़ा कबड्डी दा जिहड़ा कप है अज साल मियां वाले कलां दी धरती ते सरदार महेंद्र सिंह जी वकीलां वाला बहुत वड्डे आदर कार भेजदे है वाकओवर जगरूप सिंह जी असीं देण जा रहे हैं बिल्कुल जिहड़ी टीम है शिकार मैच जिले गुरदासपुर दी नूं वाकओवर है दौरे वाले की टीम पुज चुकी है कलां की टीम जी जल्दी ना ग्राउंड दे विच पुज जावे जिथे भी मेरी आवाज नूं ये टीम सुनदी है दर्शक वीरां दे नाल भरिया होया गज्जा गज्जे खेड स्टेडियम पर लगता भी पंजाबी कबड्डी नूं बहुत प्यार करते हैं अगर मैच दीआं जिहड़ियां टीमां तों बाद मैं बेनती करांगा कोट करोड़ वरसोई पट्टी बुगे वाला ते आजाद कबड्डी क्लब कल कलां पड़ाणा ए ते ड्रोली पाई वकीलां वाला ते धूड़ो जी ये टीमां ने जल्दी ना मेरी बेनती कल जी टीम ग्राउंड आ जाए जल्दी कल कर ए दी टीम है समा बहुत हो चुका है खिडारी वीर मेरी बेनती है समय की नियाकत समझदिया हुई टीम खेड मैदान वाल पुज जान क्योंकि कल की टीम जी ग्राउंड वाल आ जाए उस तो बाद बेनती करांगा कोट रोड वरसोई पट्टी की टीम वो भी टीम खेड मैदान में पुजन गियां योगे वाले आजाद कबड्डी क्लब हल कलां पुराना डोली पाई जी वकीलां भीत धूड़को ये टीम जिहड़ियां आपो अपने मैचों लिए तैयार रहन करकलां दी जिहड़ी टीम बिना दे ग्राउंड दे विच पुज जावे जल्दी ना हाथ बन बिंदी है भी हां जी कल्ला वाले करकलां वाली टीम दे सानूं दसण करकलां पहुंची कि नहीं पहुंची करकलां वाले आ गए आ ਕਾਲਕਲਾਂ ਦੀ ਟੀਮ ਪਹੁੰਚ ਗਈ ਹੈ ਬਹੁਤ ਮਿਹਰਬਾਨੀ ਹੈ ਦੋ ਟੀਮਾਂ ਦੀ ਖੇਡ ਮੈਦਾਨ ਵਿੱਚ ਤੱਕਾਂਗੇ ਜੋਗੇ ਵਾਲਾ ਹੈ ਕਾਲਕਲਾਂ ਦੀ ਟੀਮ ਨਹੀਂ ਪਹੁੰਚੀ ਆ ਗਈ ਹੈ ਜੀ ਕਾਲਕਲਾਂ ਦੀ ਟੀਮ ਜਗਰੂਪ ਦੀ ਬਹੁਤ ਮਿਹਰਬਾਨੀ ਹੈ ਆ ਗਈ ਦੋਵੇਂ ਟੀਮ ਜਲਦੀ ਨਾਲ ਖੇਡ ਮੈਦਾਨ ਵਿੱਚ ਐਂਟਰ ਹੋ ਜਾਣ ਕਿਰਪਾ ਕਰਕੇ ਕੱਲ ਦੇ ਮੈਚ ਵਿੱਚ ਦੂਸਰੀਆਂ ਟੀਮਾਂ ਵੇਟਿੰਗ ਬਾਅਦ ਵਿੱਚ ਪੁੱਜ ਜਾਣੀਆਂ ਚਾਹੀਦੀਆਂ ਹੈ किसी टीम का हम कोई इंतजार नहीं किया जाना पट्टी पुज गई है बेटक बाद कोट करोड़ की जी टीम है वह भी बेटक बाद उस तो बाद जोगे वाला आजाद कबड्डी क्लब ककल ने खेडना है पड़ाणा ए ते ड्रोली भाई वकीलों वाला बी ते धूड़कोट ये जी टीम अपन गड्डिया कर तैयारियां खेड मैदान वाल पुज दिया जा आओ जी मैच शुरू करा दिता जाए ककल ए दे दरम्यान ते दूसरे बने जी दाले वाले है तो अगे पट्टी की टीम पहुंच चुकी है ते कोट करोड़ पट्टी की टीम पहुंच चुकी है कोट करोड़ बॉक्स दे पहुंचे ते इस तो पहला जरा शिकार माशियां नूं जेतू करा दिता जाए नोट कर लैन प्रबंधक कमेटी साढ़े लखे वीर नोट कर लो जी शिकार माशियां की टीम नूं वाकओवर दिता जेतू है क्योंकि वकीलां वाले की जी टीम है वह ग्राउंड दे विच नहीं पुज मुकाबला शुरू होने जा रहा है आगे ने खिडारी यारो खिच के तैयारियां मेहनत दे नाल यारो बाडियां शिकारियां लगूगा मैदान विच जोर चोटी अड्डी दा के कौड़ियों हीरा बन जे जिनू लग जे इश्क बड्डी दा के कौड़ियों हीरा बन जे जिनू लग इश्क बड्डी दा कबड्डी दा मैच बहुत कड़ा खेडिया जाना है कलां दी जिहड़ी टीम है वह बिल्कुल हो चुकी है पिंड वाली साइड ते जी टी रोड वाली साइड जिहड़ी टीम है वह दौले वाले पिंड दी है पहली जी कबड्डी नौजवान करू दौले वाले की धरती का लोग काले के नाम जानते खिडारी मैदान कलां की टीम का बड़ा नाम है कबड्डी जगत नौजवान करू खेड मैदान दौले वाल की धरती नौजवान की पाई हुई कबड्डी दूसरे बन्ने कहते भी मंदिर है कलां वाला गभरू घेरता हुआ खेड मैदान के खेड़ता कबड्डी है जो पहली रेड पाई हो पहली जी कबड्डी है नौजवान का पिंड राजो के है खेम करन दे लागे लोग शेरा कहते इस खिडारी जरा गभरू हूं बड़ी पांडली चले है चल भी ना गया राजो पिंड खेड मैदान नौजवान की पाई हुई कबड्डी बार्डर कहते भी जिथे नौजवान गभरू कबड्डी खेलता है शेरा राजो के धरती का दूसरे बन्ने दाले वाली गुरसाब सिंह कोशिश करता हुआ पर जफा नहीं लगया खेड मैदान तकीए कबड्डी का बहुत ही तकड़ा मुकाबला दो टीमों के दरम्यान कुड़ी मां मिट्टी की धूड़ से पांच जा जुड़े है दौले वाले की टीम के दरम्यान इस तो अगले दे मैच है टीम कृपा करके टीम साढ़े को पहुंच चुकी है कोटपुर की टीम पहुंची नहीं उन्होंने भी असं एक मिनट दें सू आ इनफॉरमेशन देना
ਕੋਟ ਕਰੋੜ ਆ ਇੱਥੇ ਟ੍ਰੀ ਗੇਟ ਤੇ ਅਸੀਂ ਕਹੇ ਆ ਸਾਨੂੰ ਕੋਈ ਵੀ ਖਿਡਾਰੀ ਆਣ ਕੇ ਇਨਫੋਰਮੇਸ਼ਨ ਦੇਵੇ ਨਹੀਂ ਇੱਕ ਮਿੰਟ ਬਾਅਦ ਅਸੀਂ ਉਹਨਾਂ ਦੀ ਵੇਟ ਨਹੀਂ ਕਰਨੀ ਕੀ ਉਧਰਲੇ ਬੰਦੇ ਵਾਕ ਓਵਰ ਤੇ ਕੇ ਜੇਤੂ ਘਰ ਦੇ ਦੇਣਾ ਸਰਦਾਰ ਜਗਰੂਪ ਸਿੰਘ ਹੋਰੀ ਆਪਣੇ ਮਿੱਤਰਾਂ ਨਾਲ ਵੇਟਿੰਗ ਰੂਮ ਦੇ ਨੇੜੇ ਖੜੇ ਆ ਟੀਮਾਂ ਦਾ ਜਿਹੜਾ ਕਹਿੰਦੇ ਵੀ ਇੰਤਜ਼ਾਰ ਹੋ ਰਿਹਾ ਹੈ ਨਿਰਮਲ ਸਿੰਘ ਜੀ ਖਜ਼ਾਨਾ ਮੰਤਰੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਬੱਡੀ ਕਾਲੂ ਦੀ ਹੈ ਇੱਕ ਰਸੂਲਪੁਰ ਦੀ ਧਾਕੀ ਦਾ ਦੁਨੀਆ ਦਾ ਹੀਰਾ ਖਿਡਾਰੀ ਡਿਕਲੇਅਰ ਕੀਤਾ ਗਿਆ ਆ ਵੀ ਨੌਜਵਾਨਾਂ ਪਾਕ ਬੱਡੀ ਮਾਝੇ ਦੀ ਧਰਤੀ ਜਿਸ ਧਰਤੀ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਨੇ ਜਨਮ ਲਿਆ ਭਾਵੇਂ ਗੱਲ ਕਰੀਏ ਭਾਈ ਤਾਰੂ ਸਿੰਘ ਦੀ ਉਹ ਏਰਾ ਸਨਾਜਵਰ ਖਿਡਾਰੀ ਹੈ ਮਾਝੇ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਆਇਆ ਦੂਸਰੇ ਬੰਨੇ ਦਾਲੇ ਵਾਲੀ ਗੁਰਸਾਹਿਬ ਸਿੰਘ ਡਾਕਣ ਦੀ ਕੋਸ਼ਿਸ਼ ਕਰਦਾ ਹੈ ਲਾਓ ਸਾਹਮਣੇ ਨਹੀਂ ਰੀਸਾ ਨੌਜਵਾਨਾਂ ਬੱਲੇ ਬੱਲੇ ਹੋਈ ਪਈ ਹੈ ਗੱਭਰੂ ਬਹੁਤ ਦੀ ਤੜਾ ਜਵਾ ਲਾਉਂਦਾ ਹੈ ਇਹਦੇ ਬੰਨੇ ਦੇਖਦੇ ਹੈ ਪੰਜਾਬ ਦੇ ਖੇਡ ਮੇਲਿਆਂ ਵਿੱਚ ਖਿੱਚ ਦਾ ਕੇਂਦਰ ਬਣਦਾ ਹੈ ਦਾਲੇ ਵਾਲੀਆ ਸਾਹਿਬ ਉਧਰਲੇ ਬੰਨੇ ਸਾਡੇ ਸਰਕਾਰ ਜੀ ਗੋਗੀ ਸਰਦਾਰ ਸੁਖਦੇਵ ਸਿੰਘ ਗੈਲ ਸਰਪੰਚ ਆ ਜਿਹਨੇ ਜੱਫਾ ਲਾਇਆ ਸੀ ਉਹਨਾਂ ਨੂੰ 100 ਰੁਪਈਆ ਪੈਨਸ਼ਨ ਨਾ ਭੇਜਦੇ ਅਸੀਂ ਕਲੱਬ ਵੱਲੋਂ ਸਰਦਾਰ ਸੁਖਦੇਵ ਸਿੰਘ ਗਿੱਲ ਸਰਪੰਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਦੇ ਬੰਨੇ ਸੁਖਦੇਵ ਸਿੰਘ ਗਿੱਲ ਸਾਹਿਬ ਨਾਲ ਸਰਦਾਰ ਬਲਦੇਵ ਸਿੰਘ ਦੀ ਗਿੱਲ ਜਿਨ੍ਹਾਂ ਨੇ ਸਾਡੇ ਕੋਲੋਂ ਭਾਰਤ ਦਾ ਵੱਡਾ ਮਾਣ ਵੀ ਬਖਸ਼ਿਆ ਆ ਮੇਰੀ ਬੇਨਤੀ ਹੈ ਕੋਰੋੜ ਦੀ ਜਿਹੜੀ ਟੀਮ ਹੈ ਉਹ ਵੀ ਗ੍ਰਾਮ ਵੱਲ ਜਲਦੀ ਨਾ ਪੁੱਜ ਪਈ ਸਾਡੇ ਬਲਦੇਵ ਸਿੰਘ ਸਰਪੰਚ ਬਹੁਤ ਵੱਡਾ ਅੱਜ ਸਰਕਾਰ ਦਾਲੇ ਸਾਹਿਬ ਲਈ ਭੇਜਦੇ ਆ ਪ੍ਰੇਮ ਬਰਾੜ ਜੀ ਪੈਸੇ ਤੁਸੀਂ ਫੜੋ ਮੈਨੂੰ ਨਹੀਂ ਫੜਾਉਣੇ ਨਾਲ ਰਾਜੂ ਆਸਟ੍ਰੇਲੀਆ ਜੀ ਉਹ ਵੀ ਬਹੁਤ ਵੱਡੇ ਆਦਰ ਸਤਿਕਾਰ ਭੇਜਦਾ ਹੈ ਉਧਰਲੇ ਬੰਨੇ ਰਿੰਪਾ ਰਾਜ ਤੇ ਕਰਮੀਆਂ ਵਾਲਾ ਕੀਚਾ ਗੱਜਣ ਵਾਲਾ ਵੀ ਕਬੱਡੀ ਦੇ ਨਜ਼ਾਰੇ ਤੱਕਦਾ ਹੈ ਤੇ ਨਾਲ ਹੀ ਮੁਬਾਰਕਬਾਦ ਦਿੰਦਾ ਹੈ ਸਾਰੇ ਇਸ ਕਬੱਡੀ ਕੱਪ ਦੇ ਆਰ ਕੇ ਰਾਜਵੀਰਾਂ ਨੂੰ ਜਲਦੀ ਨਾਲ ਟੀਮ ਜਿਹੜੀ ਕੋਟੋੜ ਦੀ ਖੇਡ ਮੈਦਾਨ ਵਿੱਚ ਆ ਜਾਵੇ ਅੱਜ ਚਾਰ ਜਿਹੜੇ ਮੋਟਰਸਾਈਕਲ ਤੇ ਜਾਣੇ ਆ ਇੱਕ ਬੈਟਰੇਟ ਇੱਕ ਬੈਸਟ ਯਾਤਰੀ ਨੂੰ ਇੱਕ ਕਹਿੰਦੇ ਵੀ ਸਾਡੇ ਸਵਰਗੀ ਸਰਦਾਰ ਗੁਰਦਿਆਲ ਸਿੰਘ ਜੀ ਬਰਾੜ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਣਾ ਹੈ ਡਾਗੁਰਮਾਣੀ ਦੇ ਸਤਨਾਮ ਨੂੰ ਇੱਕ ਜਿਹੜਾ ਮੋਟਰਸਾਈਕਲ ਹੈ ਲੱਖਾਂ ਕਬੱਡੀ ਖਿਡਾਰੀ ਭੋਲਾ ਸ਼ਰਮਾ ਜੀ ਦਵਿੰਦਰ ਜੀ ਉਹਨਾਂ ਵੱਲੋਂ ਗੁਰਜੰਟ ਕਸਵਾਣੀਆਂ ਨੂੰ ਦਿੱਤਾ ਜਾਣਾ ਹੈ ਚਾਰ ਜਿਹੜੇ ਮੋਟਰਸਾਈਕਲ ਦਿੱਤੇ ਜਾਣੇ ਹੈ ਪੰਜਾਬੀ ਵੀਰਾਂ ਦਾ ਬੜਾ ਇਕੱਠ ਹੈ ਕਬੱਡੀ ਨੌਜਵਾਨ ਖੇਡ ਮੈਦਾਨ ਵਿੱਚ ਦੇਖਦੇ ਹੈ ਦਾਲੇ ਦੀ ਧਰਤੀ ਦਾ ਪਾਉਣ ਦੇ ਲਈ ਵਧਿਆ ਆ ਚਾਰ ਜਜਾਫੀ ਪੂਰੇ ਤਿਆਰ ਔਰ ਤਿਆਰ ਨਹੀਂ ਚਾਹ ਵਿੱਚੋਂ ਕਾਂ ਗੱਭਰੂ ਇਸ ਨੌਜਵਾਨ ਨੂੰ ਡੱਕਣ ਦੀ ਕੋਸ਼ਿਸ਼ ਕਰੇਗਾ ਚੜ੍ਹਦੀ ਜਵਾਨੀ ਹੋਵੇ ਭਾਰ ਪੱਖੋਂ ਫੁੱਲ ਹੋਵੇ ਨਸ਼ਾ ਨਾ ਕੋਈ ਖਾਂਦਾ ਹੋਵੇ ਘਰੋਂ ਪੂਰੀ ਖੁੱਲ ਹੋਵੇ ਮਈਆਂ ਵਾਲੇ ਚਮੇਲਾ ਹੋਵੇ ਤੇ ਬਾਬੇ ਅਵਤਾ ਸਿੰਘ ਦਾ ਉਹ ਚੇਲਾ ਹੋਵੇ ਪੈਂਦਾ ਕਿਉਂ ਨਾ ਮੁੱਲ ਹੋਵੇ ਮੀਕ ਆਖਦੇ ਹੋ ਇਸ ਨੌਜਵਾਨ ਖਿਡਾਰੀ ਨੂੰ ਇੱਕ ਪਿੱਛੇ ਵਾਲਾ ਇੱਕ ਆਹ ਨੌਜਵਾਨ ਗੱਭਰੂ ਦੇਖਦੇ ਵੀ ਨਾ ਬਹੁਤੀ ਤਕੜੀ ਕੋਸ਼ਿਸ਼ ਕਰਦਾ ਹੈ 19-20 ਤਰੀਕ ਨੂੰ ਸਾਡੇ ਜਿਹੜੇ ਮਾਛੀ ਮੁਗਰੇ ਦੇ ਕਬੱਡੀ ਕੱਪ ਦੀਆਂ ਗੱਲਾਂ ਹੋਣਗੀਆਂ ਜਿੱਥੇ 71,000 ਬੈਟਰੀ ਬੈਟਰੀ ਯਾਫੀ ਜਿਹੜੇ ਮੋਟਰਸਾਈਕਲ ਦੇ ਉੱਤੇ ਜਾਣਗੇ ਆ ਵੀ ਨੌਜਵਾਨ ਪਾਗਲੀ ਕਬੱਡੀ ਨਾਲ ਮੇਰੀ ਬੇਨਤੀ ਕੋਟ ਕਰੋੜ ਦੀ ਟੀਮ ਜਿਹੜੀ ਜਲਦੀ ਨਾਲ ਬੇਟਿੰਗ ਬਾਅਦ ਵਿੱਚ ਪੁੱਜ ਜਾਵੇ ਜਗਾ ਢਿੱਲੋ ਜੀ ਸਰਬੀਏ ਦੇ ਆਦਰ ਸਤਿਕਾਰ ਭੇਜਦੇ ਹੈ ਸਾਰੇ ਵੀਰ ਆਸਟ੍ਰੇਲੀਆ ਵਾਲੇ ਆਪਾਂ ਉਹਨਾਂ ਦਾ ਵੀ ਬਹੁਤ ਵੱਡਾ ਧੰਨਵਾਦ ਕਰਦੇ ਹਾਂ ਗੁਰਸੇਵ ਸਿੰਘ ਜੀ ਸਰਪੰਚ ਸ਼ਾਹ ਵਾਲਾ ਉਤਲੇ ਬੰਨੇ ਜਿੱਥੇ ਸਰਦਾਰ ਸਿੰਘ ਜੀ ਪੁੱਜੇ ਹੋਏ ਹੈ ਨਾਲ ਧੰਨਵਾਦ ਕਰਦੇ ਹਾਂ ਗੁਰਸੇਵ ਜੀ ਸੰਧੂ ਬਾਬਾ ਕਾਲਾ ਮਹਿਰ ਸਪੋਰਟ ਸਾਹਿਬ ਸ਼ਾਹ ਵਾਲਾ ਪੁੱਜੇ ਹੈ ਇੱਕ ਬੰਨੇ ਦਾਲੇ ਵਾਲੀਆ ਲੰਮਾ ਕੱਦਾ ਆਖਦਾ ਵੀ ਕਿੱਧਰ ਦੀ ਲੰਘਣ ਮਾਝੇ ਵਾਲਿਆ ਉਧਰਲੇ ਬੰਨੇ ਦੇਖਦੇ ਵੀ ਇੱਕ ਬੰਨੇ ਮਾਝ ਦਾ ਮਜੈਲ ਵੇਖ ਵੀ ਬਰਾੜ ਸਾਹਿਬ ਮੁੰਡਾ ਰਾਜੋਕੇ ਦੀ ਧਰਤੀ ਦਾ ਬਾਰਡਰ ਏਰੀਏ ਦਾ ਆ ਮੁੰਡਾ ਫਾਟਕ ਬੰਦ ਨੂੰ ਫਿਰਦਾ ਆ ਹੋਈ ਪਈ ਬੱਲੇ ਬੱਲੇ ਵਾਹ ਨੌਜਵਾਨ ਪੁਆਇੰਟ ਜਿਹੜਾ ਖੇਡ ਮੈਦਾਨ ਵਿੱਚ ਰੱਜ ਕੇ ਦੇ ਹਾਂਜੀ ਕੋਟ ਕਰੋੜ ਫਿਰ ਬੇਨਤੀ ਕੀਤੀ ਜਾਂਦੀ ਆ ਕੋਟ ਕਰੋੜ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਇੱਕ ਮਿੰਟ ਸਿਰਫ ਇੱਕ ਮਿੰਟ ਟਾਈਮ ਨੋਟ ਕਰ ਲੈਣ ਫਿਰ ਗੁੱਸਾ ਕਰਨ ਜੇ ਉਹਨਾਂ ਦੇ ਨਾਲ ਦਾ ਕੋਈ ਖਿਡਾਰੀ ਆ ਜਾਂ ਕੋਈ ਸਪਿਨ ਨਾਲ ਹੈਗਾ ਉਹ ਸਾਨੂੰ ਪੁੱਛ ਕੇ ਇਨਫੋਰਮੇਸ਼ਨ ਦੇਣ ਉਹ ਬਹੁਤ ਵੱਡੇ ਆਦਰ ਸਤਿਕਾਰ ਵਾਰਸੇ ਕਲ ਕਲਾ ਆਜ਼ਾਦ ਆਜ਼ਾਦ ਕਬੱਡੀ ਕਲੱਬ ਨੇ ਖੇਡਣਾ ਹੈ ਬੇਨਤੀ ਹੈ ਵੀ ਕੋਟ ਕੋਟ ਦੀ ਟੀਮ ਹਾਲੇ ਤੱਕ ਗਰਾਂ ਦੇ ਵੱਲ ਨਹੀਂ ਆਈ ਜੋਗੇ ਵਾਲੇ ਤੇ ਆਜ਼ਾਦ ਕਬੱਡੀ ਕਲੱਬ ਕੱਲੀ ਟੀਮ ਸਰਦਾਰ ਚਮਕਾਰ ਸਿੰਘ ਯੂਐਸਏ ਲਹਿਰਾ ਰੋਈ ਵਾਲੇ ਨਾਲ ਜਸਵਿੰਦਰ ਸਿੰਘ ਜੀ ਸਰਪੰਚ ਬੋਤੀਆਂ ਵਾਲਾ ਵੱਡੇ ਆਦਰ ਸਤਿਕਾਰ ਭੇਜਦੇ ਆਪਾਂ ਧੰਨਵਾਦ ਕਰਦੇ 1000 ਰੁਪਏ ਦੇ ਸਤਿਕਾਰਯੋਗ ਵੀਰਾਂ ਵੱਲ ਬਹੁਤ ਵੱਡਾ ਮਾਣ ਪੁੱਜਿਆ ਹਾਂਜੀ ਇਸ ਤੋਂ ਅੱਗੇ ਪਠਾਣਾ ਡਰੋਲੀ ਭਾਈ ਪੜਾਣਾ ਤੇ ਡਰੋਲੀ ਭਾਈ ਉਹ ਕੱਪੜੇ ਉਤਾਰ ਕੇ ਫਟਾਫਟ ਵੇਟਿੰਗ ਬਾਕਸ ਪਹੁੰਚਣ ਜੀ ਉਧਰਲੇ ਬੰਨੇ ਰਾਜੂ ਫੌਜੀ ਤੇ ਬਲਦੇਵ ਸਿੰਘ ਜੀ ਬਰਾੜ ਸਰਪੰਚ ਸਾਹਿਬ ਕਹਿੰਦੇ ਆ ਵੀ ਜਿੰਨ ਜਫੇ ਦਾਲੇ ਵਾਲੀਆ ਸਾਹਿਬ ਲਾਉਂਦਾ ਉਹਨੇ ਜਿਹੜੇ 700 ਰੁਪਏ ਦਿੱਤੇ ਜਾਣੇ ਆ ਪਰ ਮੈਚ ਸਮਾਪਤੀ ਤੋਂ ਬਾਅਦ ਚੁੱਕਾ ਇਸ ਮੈਚ ਦੀ ਜੇਤੂ ਜਿਹੜੀ ਟੀਮ ਹੈ ਉਹ ਦੱਸ ਦਿੱਤੀ ਜਾਵੇ
और नाल मेरी बेनती है पट्टी की टीम ग्राउंड पुज चुकी है ते कोर्ट की टीम हाले तक ग्राउंड नहीं आई। जोगे वाला ते आजाद कबड्डी क्लब कला की जी टीम है वह भी ग्राउंड पुज जाए। उसले बने बराज साहब जी मैनू गोरा गोले वाली खड़ा नजर ही आता है। पंजाब का प्रसिद्ध जाफी इस मैच की जी जेतू टीम है वह दौले वाला 10.5 पॉइंट जेतू रही है। अगले मैच दिया दो टीम जिहड़ियां ग्राउंड दे वल पुज जाण। उधरले बने जोगेवाल की टीम पुज चुकी है खेड मैदान विच। हाँ जी कोट रोड की टीम नहीं आएगी इस करके पट्टी की टीम जेतू कर दिता जाए। हर दो जिहड़ियां टीम पुज चुकी है धन्यवाद।